ਲੈਂਦੇ ਜਾ ਤਸਵੀਰ ਬਦਲਦੀ ਕੋਈ ਸਾਖੀ ਭਰਦਾ ਹੈ
ਸ਼ਹਾਦਤ ਤੋਂ ਭਾਵ ਹੈ ਕਿ ਆਪਣੀ ਗਵਾਹੀ ਦੇਣੀ, ਆਪਣੀ ਸਾਖੀ ਦੇਣੀ। ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਸ਼ਹਾਦਤ ਦਾ ਅਰਥ ਕਰ ਰਹੇ ਨੇ, ਸ਼ਹੀਦ ਦਾ ਅਰਥ ਕਰ ਰਹੇ ਨੇ ਕਿ ਧਰਮ ਯੁੱਧ ਵਿੱਚ ਜਿਹੜਾ ਮਰ ਜਾਵੇ ਉਹ ਸ਼ਹੀਦ ਹੈ, ਜਿਹੜਾ ਆਪਣੀ ਕੁਰਬਾਨੀ ਦੇ ਦੇਵੇ ਧਰਮ ਯੁੱਧ ਦੇ ਵਿੱਚ ਉਹ ਹੈ ਸ਼ਹੀਦ। ਔਰ ਸਾਧ ਸੰਗਤ ਜੀ, ਸ਼ਹੀਦ ਜਿਹੜੇ ਹੁੰਦੇ ਨੇ ਉਹ ਮਰਜੀਤੇ ਹੁੰਦੇ ਨੇ, ਉਹ ਆਮ ਲੋਕਾਂ ਨੂੰ ਦੁਸ਼ਟਾਂ ਤੋਂ ਬਚਾਉਂਦੇ ਨੇ, ਭਾਵੇਂ ਇਸੇ ਲਈ ਉਹਨਾਂ ਨੂੰ ਆਪਣੀ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ, ਉਹ ਨੇ ਸ਼ਹੀਦ। ਇੱਕ ਕਵੀ ਲਿਖਦਾ ਹੈ, ਉਹ ਕਹਿੰਦਾ ਹੈ, ਸ਼ਹੀਦਾਂ ਦੀ ਬਸਤੀ ਨਾ ਬਣਦੀ ਹੈ ਸਸਤੀ, ਬਣਦੀ ਹੈ ਬਸਤੀ ਜੇ ਮਿਟਾਈਏ ਬਸਤੀ। ਤੇ ਆਓ ਪੜ ਲਈਏ, ਨਾ ਬਣਦੀ ਸਸਤੀ ਬਸਤੀ ਲਗਭਗ ਸਾਰੇ ਭਾਰਤ ਦੇ ਵਿੱਚ ਕਬਜ਼ਾ ਕਰ ਲੈਂਦਾ ਹੈ।
ਇੱਕ ਪੰਜਾਬ ਰਹਿ ਜਾਂਦਾ ਹੈ ਜਿਸ ਤੇ ਹਾਲੇ ਤੱਕ ਅੰਗਰੇਜ਼ ਨੇ ਕਬਜ਼ਾ ਨਹੀਂ ਕੀਤਾ। ਪੰਜਾਬ ਦੇ ਵਿੱਚ ਕਦਮ ਆ ਚੁੱਕੇ ਨੇ, ਕਦਮ ਰੱਖ ਚੁੱਕਿਆ ਹੈ ਅੰਗਰੇਜ਼, ਪਰ ਆਪਣੀ ਮਰਜ਼ੀ ਨਹੀਂ ਚਲਾ ਸਕਦਾ। 1849 ਈਸਵੀ ਤੱਕ ਪੰਜਾਬ ਦੇ ਵਿੱਚ ਗਊ ਵੱਧ ਕਰਨਾ ਬਿਲਕੁਲ ਮਨਾਹੀ ਸੀ 1849 ਈਸਵੀ ਦੇ ਵਿੱਚ, ਪਰ 29 ਮਾਰਚ 1849 ਨੂੰ ਅੰਗਰੇਜ਼ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਕਾਬਜ਼ ਹੋ ਜਾਂਦਾ ਹੈ, ਔਰ 5 ਮਈ 1849 ਨੂੰ ਗਊ ਵੱਧ ਕਰਨ ਦੀ ਖੁੱਲ੍ਹ ਦੀ ਦੇ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ। ਮੈਂ ਅਰਜ ਕਰਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਇੱਕ ਵਾਰ ਫਿਰ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਰਾਮ ਸੱਚੇ ਪਾਤਸ਼ਾਹ ਅੰਗਰੇਜ਼ ਦੀ ਹਰ ਚਾਲ ਸਮਝ ਰਹੇ ਸਨ। ਸਤਿਗੁਰੂ ਜੀ ਨੇ ਦੇਖਿਆ ਕਿ ਕਿਸ ਤਰ੍ਹਾਂ ਅੰਗਰੇਜ਼ ਲਾਹੌਰ ਦੇ ਕਿਲ੍ਹੇ ਤੋਂ ਕੇਸਰੀ ਨਿਸ਼ਾਨ ਤੋਪ ਦੇ ਗੋਲੇ ਨਾਲ ਪਟਕਾ ਕੇ ਜ਼ਮੀਨ 'ਤੇ ਸੁੱਟ ਰਿਹਾ ਹੈ, ਔਰ ਉਸ ਥਾਂ ਯੂਨੀਅਨ ਜੈਕ ਦਾ ਝੰਡਾ ਝੁਲਾ ਰਿਹਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੀ ਅੱਖੀਂ ਵੇਖ ਰਹੇ ਨੇ, ਸਤਿਗੁਰੂ ਜੀ ਵੇਖ ਰਹੇ ਨੇ ਕਿ ਉਹ ਸਿਰ ਜਿਹੜੇ ਕਦੇ ਕਿਸੇ ਅੱਗੇ ਨਹੀਂ ਝੁਕਦੇ ਸਨ ਅੱਜ ਅੰਗਰੇਜ਼ ਅੱਗੇ ਝੁੱਕ ਰਹੇ ਨੇ, ਉਹ ਹੱਥ ਜਿਹੜੇ ਕਦੇ ਕਿਸੇ ਨੂੰ ਸਲਿਊਟ ਨਹੀਂ ਸਨ ਕਰਦੇ ਅੱਜ ਅੰਗਰੇਜ਼ ਨੂੰ ਸਲਿਊਟ ਕਰ ਰਹੇ ਨੇ। ਇਹ ਉਹ ਸਮਾਂ ਸੀ ਸਾਧ ਸੰਗਤ ਜੀ, ਜਿਸ ਵਕਤ ਹਰ ਇੱਕ ਇਨਸਾਨ ਇਹ ਗੱਲ ਆਖ ਰਿਹਾ ਸੀ ਕਿ ਜੁਗ ਜੁਗ ਰਾਜ ਸਵਾਏ ਟੋਪੀ ਵਾਲੇ ਦਾ, ਕਿ ਹਰ ਵਕਤ ਭਾਵ ਕਿ ਹਰ ਵਕਤ ਰਾਜ ਟੋਪੀ ਵਾਲੇ ਦਾ ਅੰਗਰੇਜ਼ ਦਾ ਹੀ ਚੱਲੇ। ਇਹ ਵਕਤ ਉਹ ਹੈ ਜਿਸ ਵਕਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਚਾਲ ਸਮਝ ਰਹੇ ਨੇ। ਇੱਥੋਂ ਤੱਕ ਕਿ ਇਤਿਹਾਸ ਦੇ ਵਿੱਚ ਆਇਆ ਹੈ ਕਿ ਜਿਹੜਾ 1857 ਦਾ ਵਿਦਰੋਹ ਭਾਰਤ ਦੇ ਵਿੱਚ ਅੰਗਰੇਜ਼ ਦੇ ਵਿਰੁੱਧ ਸ਼ੁਰੂ ਹੁੰਦਾ ਹੈ, ਜਿਸ ਨੂੰ ਅਸੀਂ ਦਾ ਰਿਵੋਲਟ ਆਫ 1857 ਕਰਕੇ ਜਾਣਦੇ ਹਾਂ, ਇਹ ਜਿਹੜਾ ਰਿਵੋਲਟ ਹੈ ਇਹ ਵੀ ਜੇ ਖਤਮ ਹੁੰਦਾ ਹੈ, ਇਸ ਨੂੰ ਜੇ ਦਬਾਇਆ ਜਾਂਦਾ ਹੈ ਤੇ ਉਸ ਦੇ ਪਿੱਛੇ ਪੰਜਾਬ ਦੇ ਸਿੱਖਾਂ ਸਰਦਾਰਾਂ ਦਾ ਹੱਥ ਸੀ ਸਾਧ ਸੰਗਤ ਜੀ, ਜਿਹੜੇ ਕਿ ਅੰਗਰੇਜ਼ ਦੇ ਨਾਲ ਮਿਲ ਚੁੱਕੇ ਸਨ, ਪੰਜਾਬ ਦੇ ਰਾਜੇ ਮਹਾਰਾਜਿਆਂ ਦਾ ਹੱਥ ਸੀ। ਇਸ ਤਰ੍ਹਾਂ ਦੇ ਹਾਲਾਤ ਸਨ, ਔਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਆਪਣੀ ਅੱਖੀਂ ਇਹ ਹਾਲਾਤ ਵੇਖੇ ਤੇ ਫਿਰ ਕੀਤਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 12 ਅਪ੍ਰੈਲ 1857 ਈਸਵੀ ਨੂੰ ਵਿਸਾਖੀ ਵਾਲੇ ਦਿਨ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਨੂੰ ਮੁੜ ਸੁਰਜੀਤ ਕੀਤਾ, ਸੰਤ ਖਾਲਸੇ ਦੀ ਸਾਜਨਾ ਕੀਤੀ, ਔਰ ਇਸੇ ਦੇ ਨਾਲ ਚਿੱਟਾ ਝੰਡਾ ਝੁਲਾ ਕੇ ਅੰਗਰੇਜ਼ ਸਰਕਾਰ ਦੇ ਖਿਲਾਫ ਸਭ ਤੋਂ ਪਹਿਲਾਂ ਜੰਗੇ ਆਜ਼ਾਦੀ ਦਾ ਐਲਾਨ ਕੀਤਾ, ਔਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਪੰਜਾਬ ਦੇ ਹਰ ਨੌਜਵਾਨ ਨੂੰ ਜਗਾਉਣਾ ਸ਼ੁਰੂ ਕੀਤਾ। ਕਵੀ ਬਾਲਮ ਜੀ ਲਿਖਦੇ ਨੇ ਕਿ ਤੂੰ ਸੁਣ ਨੌਜਵਾਨਾਂ ਭਬਕ ਦਿਆ ਸ਼ੇਰਾ, ਤੂੰ ਚੜ੍ਹਦੀ ਜਵਾਨੀ ਨਵਾਂ ਖੂਨ ਤੇਰਾ, ਹੈ ਜੋਸ਼ ਦਾ ਖਜ਼ਾਨਾ ਤੇਰੇ ਦਿਲ ਦੇ ਅੰਦਰ, ਨਹੀਂ ਸੁਣਨਾ ਅਣਖ ਤੋਂ ਤੇਰੇ ਮਨ ਦਾ ਮੰਦਰ, ਤੂੰ ਅਰਜਨ ਦਾ ਜੋਟੀ ਅਭਿਮਨਿਊ ਦਾ ਭਾਈ, ਫਿਰ ਕਿਉਂ ਤੂੰ ਗੈਰਾਂ ਨੂੰ ਗਰਦਨ ਚੁਕਾਈ, ਹਰੀ ਸਿੰਘ ਨਲੂਏ ਜੋ ਅੰਮ੍ਰਿਤ ਸੀ ਪਿਤਾ, ਤੂੰ ਵੀ ਉਸ ਬਾਟੇ ਵਿੱਚੋਂ 5 ਘੁੱਟਾਂ ਲਿੱਤਾ, ਬਾਬੇ ਦੀਪ ਸਿੰਘ ਦਾ ਤੂੰ ਪੋਤਾ ਪੜਪੋਤਾ, ਗੁਲਾਮੀ ਦੇ ਪਿੰਜਰੇ ਵਿੱਚ ਬੰਨ ਬੈਠਿਓ ਤੋਤਾ, ਤੇ ਜਾਗ ਓਏ ਜਵਾਨਾ ਜਾਗ ਪਿਆ ਜ਼ਾਲਮ, ਤੇ ਬਿੱਲੇ ਦੇ ਛੱਕੇ ਛੁਡਾ ਦੇ ਤੂੰ ਵਾਲਮ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪੰਜਾਬ ਦੇ ਨੌਜਵਾਨਾਂ ਨੂੰ ਜਗਾ ਰਹੇ ਨੇ। ਉਹ ਦੇਸ਼ ਦੀ ਖਾਤਰ ਉਹ ਵਤਨ ਪੁਜਾਰੀ
ਉਮਰ ਨੂੰ ਨਾ ਡਰ ਖਾਇਆ ਤਰੇ ਨਲ ਹੱਕ ਦਾ ਨਾਰਾ ਲਾ ਕੇ ਉਹ ਸੂਲੀ ਤੇ ਚੜ ਜਾਇਆ ਕਰੇ ਨਲ ਹੱਕ ਦਾ ਦਿਲ ਦਿੱਤਿਆ ਉਹ ਸਿਰ ਦਿੱਤਿਆ ਸਰਦਾਰੀ ਮਿਲਦੀ ਉਹ ਦਿਲ ਦਿੱਤਿਆ ਦਿਲਦਾਰ ਮਿਲੇ ਸਿਰ ਦਿੱਤਿਆ ਸਰਦਾਰੀ ਮਿਲਦੀ ਦਿਲ ਦਿੱਤਿਆ ਦਿਲਦਾਰ ਮਿਲੇ
ਉਹ ਇਹਨਾਂ ਦੋਵਾਂ ਨਾਲੋਂ ਆਜ਼ਾਦੀ ਚੰਗੀ ਤੂੰ ਦੋਵੇਂ ਹੀ ਪੇਟ ਚੜਾਇਆ ਕਰ ਪਾਤਸ਼ਾਹ ਪੰਜਾਬ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਭਾਈ ਜਾਗੋ, ਇਹ ਸੌਣ ਦਾ ਵਕਤ ਨਹੀਂ। ਅੰਗਰੇਜ਼ ਤੁਹਾਡੇ ਨਾਲ ਖੇਡ ਰਿਹਾ ਹੈ, ਤੁਹਾਡੀਆਂ ਭਾਵਨਾਵਾਂ ਦੇ ਨਾਲ ਖੇਡ ਰਿਹਾ ਹੈ, ਜਾਗੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਐਸਾ ਪ੍ਰਚਾਰ ਕੀਤਾ ਪੰਜਾਬ ਦੇ ਵਿੱਚ। ਇੱਕ ਇਤਿਹਾਸਕਾਰ ਲਿਖਦਾ ਹੈ ਕਿ ਉਸ ਵਕਤ ਪੰਜਾਬ ਦੀ ਗਿਣਤੀ 17 ਲੱਖ ਸੀ ਔਰ ਉਸ ਵਿੱਚੋਂ 7 ਲੱਖ ਜਿਹੜਾ ਪੰਜਾਬ ਦਾ ਬੰਦਾ ਸੀ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਜੁੜ ਗਿਆ। 7 ਲੱਖ ਸਿੱਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਜਾਇਆ ਔਰ ਪੰਜਾਬ ਦੇ ਵਿੱਚ ਜਿਹੜੇ ਸਤਿਗੁਰੂ ਜੀ ਦੇ ਸਿੱਖ ਸਨ, ਕੁੱਕੇ ਸਿੱਖ, ਉਹ ਪੰਜਾਬ ਦੀ ਹਰ ਪਿੰਡ ਵਿੱਚ, ਪੰਜਾਬ ਦੀ ਹਰ ਗਲੀ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਔਰ ਇਹ ਗੱਲ ਆਖ ਰਹੇ ਨੇ। ਉਹ ਕੀ ਆਖ ਰਹੇ ਨੇ? ਉਹ ਕਿਉਂ ਜ਼ੁਲਮ ਕਮਾਉਣਾ ਏ ਬਿਲਿਆ ਰਾਜ ਸਦਾ ਨਹੀਂ ਲੈਣਾ ਜ਼ੁਲਮ ਕਮਾਉਣਾ
ਸ਼ੁਰੂ ਕੀਤਾ ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਸਿੱਖਾਂ ਨੇ ਪ੍ਰਚਾਰ ਕਰਦੇ ਕਰਦੇ ਕੁਝ ਸਿੱਖ ਪਹਿਲਾਂ ਜਾਂਦੇ ਨੇ ਅੰਮ੍ਰਿਤਸਰ ਵਿਖੇ ਉੱਥੇ ਜਾ ਕੇ ਵੇਖਦੇ ਹਨ ਕਿ ਅੰਗਰੇਜ਼ ਨੇ ਬੁੱਚੜਖਾਨਾ ਖੋਲ੍ਹਿਆ ਹੋਇਆ ਹੈ ਔਰ ਉਹ ਉੱਥੇ ਜਿਹੜਾ ਬੁੱਚੜਖਾਨਾ ਖੋਲ੍ਹਿਆ ਹੋਇਆ ਸੀ ਉਸ ਬੁੱਚੜਖਾਨੇ ਦੇ ਧਾਵਾ ਬੋਲਿਆ ਜਾਂਦਾ ਹੈ 14-15 ਜੂਨ ਦੀ ਰਾਤ ਨੂੰ 1871 ਦਾ ਵਕਤ ਹੈ। ਇਸ ਤੋਂ ਠੀਕ ਇੱਕ ਮਹੀਨੇ ਬਾਅਦ 14 ਜੁਲਾਈ 1871 ਨੂੰ ਰਾਏਕੋਟ ਇਸ ਸਥਾਨ 'ਤੇ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਹੈ ਇਹ ਰਾਏ ਕੱਲੇ ਦੀ ਯਾਦ ਦੇ ਵਿੱਚ ਗੁਰਦੁਆਰਾ ਬਣਿਆ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਥੇ ਆ ਕੇ ਠਹਿਰੇ ਸਨ ਔਰ ਸਤਿਗੁਰੂ ਜੀ ਨੂੰ ਇੱਥੇ ਹੀ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮਿਲੀ ਸੀ ਕਿ ਉਹ ਸ਼ਹੀਦ ਹੋ ਚੁੱਕੇ ਨੇ। ਇਸ ਥਾਂ 'ਤੇ ਇਸ ਧਾਰਮਿਕ ਅਸਥਾਨ 'ਤੇ ਅੰਗਰੇਜ਼ ਸਰਕਾਰ ਨੇ ਬੁੱਚੜਖਾਨਾ ਖੋਲ੍ਹਿਆ 1854 ਦੇ ਵਿੱਚ 1854 ਦਾ ਬੁੱਚੜਖਾਨਾ ਖੋਲ੍ਹਿਆ ਹੋਇਆ ਹੈ ਇਸ ਅਸਥਾਨ 'ਤੇ ਔਰ ਨਾਮਧਾਰੀ ਸਿੱਖ ਆ ਕੇ ਵੇਖਦੇ ਨੇ ਸਰੋਵਰ ਦੀ ਬੇਅਦ ਵੀ ਹੋ ਰਹੀ ਹੈ ਅਤੇ ਪ੍ਰੋਗਰਾਮ ਬਣਾਇਆ ਫਿਰ ਇਹਨਾਂ ਨੇ ਤਾਜਪੁਰ ਪਿੰਡ ਜਾ ਕੇ ਉੱਥੇ ਜਾ ਕੇ ਪ੍ਰੋਗਰਾਮ ਬਣਾਉਂਦੇ ਨੇ ਕਿ ਕਿਸ ਤਰ੍ਹਾਂ ਧਾਵਾ ਬੋਲਿਆ ਜਾਵੇ ਬੁੱਚੜਖਾਨੇ 'ਤੇ ਪ੍ਰੋਗਰਾਮ ਬਣਾਇਆ ਗਿਆ। 14-15 ਜੁਲਾਈ 1871 ਈਸਵੀ ਦਾ ਦਿਨ ਉਹ ਰਾਤ 14-15 ਜੁਲਾਈ ਦੀ ਰਾਤ ਮੀਂਹ ਪੈ ਰਿਹਾ ਹੈ ਮੌਸਮ ਖਰਾਬ ਹੈ ਔਰ ਉਸ ਵਕਤ ਇਹ ਨਾਮਧਾਰੀ ਸਿੱਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਇਹਨਾਂ ਨੇ ਇੱਥੇ ਆ ਕੇ ਬੁੱਚੜਖਾਨੇ 'ਤੇ ਹਮਲਾ ਕੀਤਾ ਬੁੱਚੜ ਮਾਰ ਦਿੱਤੇ ਔਰ ਗਊਆਂ ਨੂੰ ਛੁਡਾਇਆ ਔਰ ਉੱਥੋਂ ਭੱਜ ਆਏ। ਦਿਨ ਚੜ੍ਹਿਆ ਡੀਸੀ ਕਾਵਨ ਲੁਧਿਆਣੇ ਦਾ ਉਹ ਜਾਂਚ ਪੜਤਾਲ ਕਰਨ ਵਾਸਤੇ ਗਿਆ ਸਰਕਾਰ ਨੇ 1000 ਰੁਪਏ ਇਨਾਮ ਰੱਖਿਆ ਕਿ ਜਿਹੜਾ ਉਹਨਾਂ ਨੂੰ ਫੜਾਏਗਾ ਜਿਹੜਾ ਉਹਨਾਂ ਨੂੰ ਪਕੜਵਾਏਗਾ ਉਸ ਨੂੰ 1000 ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜਾ ਪਟਿਆਲੇ ਦਾ ਮਹਾਰਾਜਾ ਸੀ ਮਹਾਰਾਜਾ ਮਹਿੰਦਰ ਸਿੰਘ ਉਸ ਨੇ ਅਲੱਗ 250 ਰੁਪਏ ਇਨਾਮ ਰੱਖਿਆ ਕਿ ਜਿਹੜਾ ਵੀ ਇਹਨਾਂ ਦੋਸ਼ੀਆਂ ਨੂੰ ਪਕੜਵਾਏਗਾ ਉਸ ਨੂੰ 250 ਰੁਪਏ ਇਨਾਮ ਦਿੱਤਾ ਜਾਵੇਗਾ। ਅਲੱਗ ਅਲੱਗ ਬਿਆਨ ਦਿੱਤੇ ਗਏ ਸਾਧ ਸੰਗਤ ਜੀ ਸਭ ਵੱਲੋਂ। ਇੱਕ ਹਰਨਾਮ ਸਿੰਘ ਹੋਇਆ ਹੈ ਉਸਨੇ ਬਿਆਨ ਦਿੱਤਾ ਕਿ ਇਹ ਕਤਲ ਇਹ ਕਾਰਨਾਮਾ ਗੁਰੂ ਰਾਮ ਸਿੰਘ ਨੇ ਕਰਵਾਇਆ ਹੈ। ਇੱਕ ਸੁੰਦਰ ਸਿੰਘ ਹੋਇਆ ਹੈ ਉਸਦਾ ਵੀ ਲਗਭਗ ਇਹੀ ਬਿਆਨ ਸੀ। ਕਿਸੇ ਨੇ ਕਿਸੇ ਨਾਲ ਦੁਸ਼ਮਣੀ ਕੱਢਣ ਵਾਸਤੇ ਬਿਆਨ ਦਿੱਤਾ ਕਿਸੇ ਨੇ ਕਿਸੇ ਦੇ ਨਾਲ ਅਲੱਗ ਅਲੱਗ ਬਿਆਨ ਆਏ ਪਰ 1000 ਦੇ ਲਾਲਚ ਦੇ ਵਿੱਚ ਆ ਕੇ ਛਿੰਨੀਵਾਲ ਦਾ ਦਲ ਸਿੰਘ ਜਿਹੜਾ ਕਿ ਇਹਨਾਂ ਸਿੰਘਾਂ ਦੇ ਨਾਲ ਰਲਿਆ ਸੀ ਇਸ ਬੁੱਚੜਾਂ ਨੂੰ ਮਾਰਨ ਵਾਸਤੇ ਜਿਹੜਾ ਇਹਨਾਂ ਨੇ ਮਿੱਥਿਆ ਸੀ ਸਾਰਾ ਕੁਝ ਛਿੰਨੀਵਾਲ ਦਾ ਦਲ ਸਿੰਘ ਇਹਨਾਂ ਦੇ ਨਾਲ ਰਲਿਆ ਸੀ। 1000 ਦੇ ਲਾਲਚ ਵਿੱਚ ਆ ਕੇ ਉਸਨੇ ਦੋਸ਼ੀਆਂ ਦੇ ਨਾਮ ਦੱਸ ਦਿੱਤੇ ਪਿੱਥੋਂ ਪਿੰਡ ਦੇ ਸੰਤ ਗੁਰਮੁਖ ਸਿੰਘ ਸੰਤ ਮਸਤਾਨ ਸਿੰਘ ਔਰ ਸੰਤ ਮੰਗਲ ਸਿੰਘ ਇਹਨਾਂ ਤਿੰਨਾਂ ਦੇ ਨਾਮ ਦੱਸੇ ਔਰ ਪੁਲਿਸ ਆਉਂਦੀ ਹੈ ਇਹਨਾਂ ਨੂੰ ਫੜਨ ਵਾਸਤੇ ਫੜ ਲਿਆ ਜਾਂਦਾ ਹੈ ਸਜ਼ਾ ਹੁੰਦੀ ਹੈ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਔਰ ਅਦਾਲਤ ਵਿੱਚ ਪੇਸ਼ ਹੋਣ 'ਤੇ ਜੱਜ ਸਾਹਿਬਾਨ ਸਜ਼ਾ ਸੁਣਾਉਂਦੇ ਨੇ ਕਿ ਇਹਨਾਂ ਨੂੰ 5 ਅਗਸਤ 1871 ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਔਰ ਇਹ ਸਜ਼ਾ ਸੁਣ ਕੇ ਸਾਧ ਸੰਗਤ ਜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇਹ ਮਰਜੀਵੜੇ ਸਿੱਖ ਅਤੇ ਉਸ ਵਕਤ ਜੈਕਾਰਾ ਲਾਇਆ ਅਤੇ ਕਵੀ ਲਿਖਦਾ ਹੈ
ਉਹ ਫਾਂਸੀ ਦਾ ਹੁਕਮ ਸੁਣ ਸਿੰਘ ਹਾਸੀ ਕਰੇ ਉੱਤੇ ਹੁਕਮ ਸੁਣ ਕੇ ਫਾਂਸੀ ਦਾ ਇਹਨਾਂ ਸਿੱਖਾਂ ਨੇ ਇਹਨਾਂ ਸਿੰਘਾਂ ਨੇ ਜੈਕਾਰਾ ਛੁਡਾਇਆ। ਔਰ ਉਹ ਦਿਨ ਆਇਆ 5 ਅਗਸਤ 1871 ਈਸਵੀ ਦਾ, ਸਵੇਰ ਦਾ ਵਕਤ ਹੈ ਸਾਧ ਸੰਗਤ ਜੀ। ਜਿਸ ਵਕਤ ਸੂਰਜ ਉਦੇ ਹੁੰਦਾ ਹੈ ਉਸ ਵਕਤ ਇਹ ਤਿੰਨ ਸਿੱਖ ਸੰਤ ਗੁਰਮੁਖ ਸਿੰਘ, ਸੰਤ ਮਸਤਾਨ ਸਿੰਘ ਔਰ ਸੰਤ ਮੰਗਲ ਸਿੰਘ ਜੀ ਇਸ ਸਥਾਨ 'ਤੇ ਇਹਨਾਂ ਤਿੰਨਾਂ ਸਿੱਖਾਂ ਦੇ ਜੀਵਨ ਦਾ ਜਿਹੜਾ ਸੂਰਜ ਸੀ ਉਹ ਅਸਤ ਹੋਇਆ। ਸਵੇਰੇ 5 ਵਜੇ ਦਾ ਵਕਤ ਹੈ ਔਰ ਉਸ ਵਕਤ ਵੀ ਇਹ ਜਿਹੜੇ ਸਿੱਖ ਸਨ ਫਾਂਸੀ ਦੇ ਰੱਸੇ ਚੁੰਮ ਕੇ ਆਪਣੇ ਗਲਾਂ ਦੇ ਵਿੱਚ ਪਾਉਂਦੇ ਹਨ ਔਰ ਅੰਗਰੇਜ਼ ਨੂੰ ਇਹ ਗੱਲ ਆਖਦੇ ਨੇ। ਇਹ ਮੈਂ ਆਖ ਕੇ ਆਪਣੇ ਦੀਵਾਨ ਦੀ ਸਮਾਪਤੀ ਕਰਾਂਗਾ। ਅਸਾਂ ਹਿੰਦ ਵਿੱਚ ਗਦਰ ਮਚਾਉਣਾ ਤੇ ਕੱਢਣਾ ਫਰੰਗੀਆਂ ਨੂੰ, ਅਸਾਂ ਹਿੰਦ ਵਿੱਚ ਗਦਰ ਸੰਤ ਗੁਰਮੁਖ ਸਿੰਘ ਜੀ, ਸੰਤ ਮੰਗਲ ਸਿੰਘ ਜੀ ਔਰ ਸੰਤ ਮਸਤਾਨ ਸਿੰਘ ਜੀ ਜਿਸ ਵਕਤ ਫਾਂਸੀ ਤੇ ਚੜ੍ਹਦੇ ਨੇ ਤੇ ਇੱਕ ਕਵੀ ਲਿਖਦਾ ਹੈ ਕਿ ਮੰਗਲ ਸਿੰਘ ਮਸਤਾਨ ਸਿੰਘ ਕਹਿਣ ਲੱਗੇ ਸਾਨੂੰ ਮੌਤ ਦੀ ਕੋਈ ਪਰਵਾਹ ਨਹੀਂ, ਹੱਸ ਹੱਸ ਕੇ ਚੜਾਂਗੇ ਫਾਂਸੀਆਂ ਤੇ, ਧਰਮ ਛੱਡ ਕੇ ਜੀਣ ਦਾ ਚਾਹ ਨਹੀਂ। ਗੁਰਮੁਖ ਸਿੰਘ ਨੇ ਕਿਹਾ ਫਰੰਗੀ ਆਵੇ ਸਾਡਾ ਖੋਫ ਤੂੰ ਦਿਲੋਂ ਭੁਲਾ ਨਹੀਂ, ਤੇ ਜਾਮੇ ਬਦਲ ਕੇ ਆਵਾਂਗੇ ਫਿਰ ਇੱਥੇ, ਅਸਾਂ ਛੱਡਣੀ ਨਹੀਂ, ਅਸਾਂ ਛੱਡਣੀ ਤੇਰੀ ਸੁਆਹ ਨਹੀਂ। ਐਸੇ ਸਿੱਖ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਇਹ ਮੇਲਾ ਹੋ ਰਿਹਾ ਹੈ। ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਵਰਸ ਮੇਲੇ, ਵਤਨ ਪੇ ਮਿਟਣੇ ਵਾਲੋਂ ਦਾ ਬਾਕੀ ਯਹੀ ਨਿਸ਼ਾ ਹੋਗਾ। ਇੰਨਾ ਕੁਝ ਆਖਦਾ ਹੋਇਆ ਕਿ ਮੈਂ ਜਾ ਚੁੱਕਾ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿ ਸ਼੍ਰੀ ਅਕਾਲ।